ਅਰਸ਼ਾਦੇਵਾਰੀ ਤਾਲਾ ਜੀ ਕਿ ਜਦੋਂ ਤੁਹਾਡੇ ਕੋਲ ਕੋਈ ਖਬਰ ਆਂਦੀ ਆ ਕਿ ਉਹਦੀ ਤਹਿਕੀਕ ਕਰ ਲਿਆ ਕਰੋ ਜਨਾਬ ਰੇਫ ਹੋ ਗਿਆ ਮਬਈਨਾ ਤੌਰ ਤੇ ਜਨਾਬ ਫਲਾ ਹੋ ਗਿਆ ਜਨਾਬ ਫਲਾ ਹੋ ਗਿਆ ਫਸਟイヤー ਦੀ ਬੱਚੀ ਵੀ ਕਿਸੇ ਦੀ ਬੇਟੀ ਸੀ ਜਨਾਬ ਉਸ ਬੱਚੀ ਦਾ ਨਾਮ ਲੈ ਕੇ ਅਸੀਂ ਉਹਨਾਂ ਦੇ ਵਾਲਦਾਂ ਨੂੰ ਮਜ਼ੀਦ ਅਜ਼ੀਅਤ ਦੇ ਵਿੱਚ ਨਹੀਂ ਦੇ ਸਕਦੇ ਬੱਚਿਆਂ ਨੇ ਜਨਾਬੇ ਅਲੀ ਅੱਗ ਲਾ ਦਿੱਤੀ ਫਰਨੀਚਰ ਚੱਕ ਚੱਕ ਕੇ ਬਾਹਰ ਸੁੱਟ ਦਿੱਤਾ ਮਤਲਬ ਉਸਤਾਜਾ ਦੇ ਨਾਲ ਬਤਮੀਜ਼ੀ ਤੱਕ ਵੀ ਬੱਚੇ ਚਲੇ ਗਏ ਉਹ ਸੀਸੀਟੀਵੀ ਕੈਮਰੇ ਦੀ ਫੁਟੇਜ ਸਾਰੀ ਸਾਹਮਣੇ ਆ ਗਈ ਹੈ ਪੁਲਿਸ ਸਾਰੀ ਪਿੱਟ ਪਿੱਟ ਤਾਨੂੰ ਦੱਸਦੀ ਪਈ ਆ ਕਿ ਜਨਾਬ ਇਸ ਤਰ੍ਹਾਂ ਦਾ ਕੋਈ ਵਾਕਿਆ ਨਹੀਂ ਹੋਇਆ ਉਸ ਟੀਚਰ ਨੂੰ ਉਸ ਪ੍ਰਿੰਸੀਪਲ ਨੂੰ ਕਿਹੜੀ ਲੋੜ ਪਈ ਆ ਉਸ ਗਾਰਡ ਦੇ ਨਾਲ ਖਲੋਤਾ ਹੋਵੇ ਉਹ ਆਈਸੀਯੂ ਦੇ ਵਿੱਚ ਉੱਥੇ ਜ਼ੇਰੇ ਇਲਾਜ ਆ ਕਿਹੜੇ ਹੌਸਲੇ ਦੇ ਨਾਲ ਉਹ ਵਾਲਦ ਬਿਆਨ ਦੇ ਰਿਹਾ ਹੋਏਗਾ ਇਹ ਇੱਕ ਪ੍ਰੋਪਾਗੈਂਡਾ ਕਰ ਰਹੇ ਨੇ ਮੇਰੀ ਬੱਚੀ ਦੇ ਨਾਲ ਜ਼ਿਆਤੀ ਨਹੀਂ ਹੋਈ ਕਿੱਡੀ ਸ਼ਰਮਿੰਦਗੀ ਵਾਲੀ ਗੱਲ ਆ ਆਪਣਾ ਬੱਚਿਆਂ ਨੂੰ ਕਵਾਂਗਾ ਜਿਹੜੀਆਂ ਇਤਜਾਜ ਕਰਦੀਆਂ ਪਈਆਂ ਸੀ ਜਿਹੜੇ ਮੁੰਡੇ ਉੱਤੇ ਇਤਜਾਜ ਕਰਦੇ ਪਏ ਸੀ ਜਿਹੜੇ ਯੂਟਿਊਬਰ ਉੱਤੇ ਵੀਡੀਓਜ਼ ਬਣਾ ਰਹੇ ਸੀ ਤੁਹਾਡੇ ਘਰ ਵੀ ਭੈਣਾ ਆਉਣਗੀਆਂ ਧੀਆਂ ਆਉਣਗੀਆਂ ਉਸ ਬੱਚੀ ਦੀ ਜ਼ਿੰਦਗੀ ਕੀ ਆ ਉਸ ਬੱਚੀ ਦਾ ਮਸਤਕਬਲ ਛੋਟੇ ਫੇਮ ਵਾਸਤੇ ਆਪਣੇ ਆਪਣੇ ਵੀਵਜ਼ ਇਕੱਠੇ ਕਰ ਲੈਣੇ ਬੇਸ਼ੱਕ ਬੱਚੇ ਆ ਗਰਮ ਖੂਨ ਆ ਸਾਨੂੰ ਉਹਨਾਂ ਦੇ ਨਾਲ ਨਰਮ ਰਵਈਆ ਅਪਣਾਉਣਾ ਪਏਗਾ ਅਸਲਾਮੁਅਲਿਕੁਮ ਅਰਸ਼ਾਦੇ ਬਾਰੀ ਤਾਲਾ ਜੀ ਕਿ ਜਦੋਂ ਤੁਹਾਡੇ ਕੋਲ ਕੋਈ ਖਬਰ ਆਂਦੀ ਆ ਕਿ ਉਹਦੀ ਤਹਿਕੀਕ ਕਰ ਲਿਆ ਕਰੋ ਐਵੇਂ ਕਿਸੇ ਖਬਰ ਦੇ ਉੱਤੇ ਜਾ ਕੇ ਡਾਂਗਾ ਚੱਕ ਲੀਆਂ ਛੋਟੇ ਚੱਕ ਲੈ ਅੱਗਾਂ ਲਾਤੀਆਂ ਤੇ ਬਾਅਦ ਵਿੱਚ ਤੁਹਾਨੂੰ ਉੱਤੇ ਸ਼ਰਮਿੰਦਾ ਨਾ ਹੋਣਾ ਪਵੇ ਇਹ ਅਰਸ਼ਾਦੇ ਬਾਰੀ ਤਾਲਾ ਹੈ ਜੀ ਹੁਣ ਜਨਾਬੇ ਅਲੀ ਅਸੀਂ ਕੱਲ ਵਾਲੇ ਵਾਕਿਆ ਤੇ ਆਨੇ ਆ ਜਿਹੜਾ ਲਾਹੌਰ ਦੇ ਵਿੱਚ ਪੰਜਾਬ ਕਾਲਜ ਦੇ ਵਿੱਚ ਰੂਨਮਾ ਹੋਇਆ ਜਿਹਦੇ ਤੇ ਜਨਾਬੇ ਅਲੀ ਯੂਟਿਊਬਰਾਂ ਨੇ ਟਿਕਟੋਕਰਾਂ ਨੇ ਫੇਸਬੁਕੀਆਂ ਨੇ ਠੀਕ ਹੈ ਤੇ ਹਰ ਬੰਦੇ ਨੇ ਜਿਸ ਬੰਦੇ ਨੂੰ ਅਲਫ਼ ਬੇ ਦਾ ਵੀ ਨਹੀਂ ਪਤਾ ਉਹਨੇ ਵੀ ਜਨਾਬੇ ਅਲੀ ਜਨਾਬ ਰੀਫ ਹੋ ਗਿਆ ਮਬਈਨਾ ਤੌਰ ਤੇ ਜਨਾਬ ਫਲਾ ਹੋ ਗਿਆ ਜਨਾਬ ਫਲਾ ਹੋ ਗਿਆ ਮੈਂ ਜਨਾਬੇ ਅਲੀ ਗੁਜ਼ਾਰਿਸ਼ ਕਰਾਂਗਾ ਉਹ ਫਸਟ ইয়ার ਦੀ ਬੱਚੀ ਵੀ ਕਿਸੇ ਦੀ ਬੇਟੀ ਸੀ ਜਨਾਬ ਉਹ ਵੀ ਕਿਸੇ ਦੀ ਧੀ ਸੀਗੀ ਤੁਸੀਂ ਕਿਸੇ ਬੰਦੇ ਨੇ ਇੱਕ ਪਲ ਵਾਸਤੇ ਵੀ ਉਹਦੀ ਇੱਜ਼ਤ ਦੇ ਬਾਰੇ ਚ ਨਹੀਂ ਸੋਚਿਆ ਕਿ ਉਸ ਬੱਚੀ ਦੇ ਵਾਲਦਾਂ ਤੇ ਕੀ ਗੁਜ਼ਰਰੀ ਹੋਏਗੀ ਜਦੋਂ ਤੁਸੀਂ ਬਾਹਰ ਨਾਰੇ ਲਾ ਰਹੇ ਹੋਗੇ ਜਸਟਿਸ ਫਾਰ ਮੈਂ ਉਹਦਾ ਬੱਚੀ ਦਾ ਨਾਮ ਵੀ ਨਹੀਂ ਲੈ ਰਿਆ ਨਾ ਉਸ ਬੱਚੀ ਦਾ ਨਾਮ ਲੈ ਕੇ ਅਸੀਂ ਉਹਨਾਂ ਦੇ ਵਾਲਦਾਂ ਨੂੰ ਮਜ਼ੀਦ ਅਜ਼ੀਅਤ ਦੇ ਵਿੱਚ ਨਹੀਂ ਦੇ ਸਕਦੇ ਕਿ ਉਹਨਾਂ ਨੂੰ ਮਜ਼ੀਦ ਅਜ਼ੀਅਤ ਮਿਲੇ ਜਨਾਬੇ ਅਲੀ ਇੱਕ ਵਾਕਿਆ ਹੋਇਆ ਉਹਦੇ ਵਿੱਚ ਕਹਿਤਾ ਜੀ ਬੇਸਮੈਂਟ ਦੇ ਵਿੱਚ ਸਿਕਿਉਰਿਟੀ ਗਾਰਡ ਨੇ ਜ਼ਿਆਤੀ ਕੀਤੀ ਬੱਚਿਆਂ ਨੇ ਜਨਾਬੇ ਅਲੀ ਅਗਲਾ ਆਦਤੀ ਬੱਚਿਆਂ ਨੇ ਕਾਲੇਜ ਦੇ ਕਾਲੇ ਸਾਰ ਦਿੱਤੇ ਬੱਚਿਆਂ ਨੇ ਫਰਨੀਚਰ ਚੱਕ ਚੱਕ ਕੇ ਬਾਹਰ ਸੁੱਟ ਦਿੱਤਾ ਮਤਲਬ ਉਸਤਾਜਾ ਦੇ ਨਾਲ ਬਤਮੀਜ਼ੀ ਤੱਕ ਵੀ ਬੱਚੇ ਚਲੇ ਗਏ ਇੱਕ ਮੈਂ ਇੱਕ ਯੂਟਿਊਬਰ ਦਾ ਗੱਲ ਸੁਣਦਾ ਪਿਆ ਸੀਗਾ ਉਹਦੇ ਵਿੱਚ ਉਹ ਦੋ ਤਿੰਨ ਸਟੂਡੈਂਟਾਂ ਨੂੰ ਨਾਲ ਲੈ ਖਲੋਤਾ ਸੀਗਾ ਦੇਖੋ ਜੀ ਇحتਜਾਜ ਕਰਨ ਵਾਲੇ ਬੱਚਿਆਂ ਤੇ ਪੁਲਿਸ ਨੇ लाठी चार्ज ਕੀਤਾ ਫਲਾ ਜਗ੍ਹਾ ਤੇ ਸਾਡਾ ਇੱਕ ਤਾਲਬੇ ਇਲਮ ਜਿਹੜਾ ਸੀਗਾ ਉਹ ਵੀ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ ਇਹ ਮੁੰਬਈ ਨਾ ਤੌਰ ਤੇ ਜਿਹੜੀ ਬੱਚੀ ਦੇ ਨਾਲ ਰੇਪ ਕੀਤਾ ਗਿਆ ਵਾ ਇਹ ਬੱਚੀ ਵੀ ਜ਼ਿੰਦਗੀ ਦੀ ਬਾਜ਼ੀ ਹਾਰ ਗਈ ਫਲਾ ਵੀ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ ਉਹ ਖੁਦਾ ਦੇ ਬੰਦੇਓ ਕੁਝ ਅਕਲ ਨੂੰ ਹੱਥ ਮਾਰੋ ਕੁਝ ਆਪਣੇ ਆਪ ਦੇ ਵਿੱਚ ਗੈਰਤ ਦਾ ਮਾਦਾ ਪੈਦਾ ਕਰੋ ਜਿੱਦੋਂ ਤੋ ਤੁਹਾਨੂੰ ਪਤਾ ਲੱਗੇ ਕਿ ਅਸਲ ਹਕਾਇਕ ਕੀ ਆ ਅਗਰ ਰੇਪ ਹੋਇਆ ਵਾ ਜਨਾਬ ਤੇ ਉਹਦੀ ਤਰਖਾਸ ਕਿੱਥੇ ਆ ਕਿ ਸੀਸੀਟੀਵੀ ਕੈਮਰਾ ਦੀ ਫੁਟੇਜ ਸਾਰੀ ਸਾਹਮਣੇ ਆ ਗਈ ਆ ਪੁਲਿਸ ਸਾਰੀ ਪਿੱਟ ਪਿੱਟ ਕੇ ਤੁਹਾਨੂੰ ਦੱਸਦੀ ਪਈ ਆ ਕਿ ਜਨਾਬ ਇਸ ਤਰ੍ਹਾਂ ਦਾ ਕੋਈ ਵਾਕਿਆ ਨਹੀਂ ਹੋਇਆ ਤੁਹਾਡੇ ਟੀਚਰ ਜਿਹੜੇ ਤੁਹਾਨੂੰ ਪੜ੍ਹਾਉਂਦੇ ਰਹੇ ਆ ਜਿਨ੍ਹਾਂ ਦੇ ਖਿਲਾਫ ਤੁਸੀਂ ਅੱਜ ਇਤਜਾਜ ਕਰਦੇ ਪਏ ਹੋ ਉਹ ਪਿੱਟ ਪਿੱਟ ਕੇ ਦੱਸਦੇ ਪਏ ਆ ਕਿ ਜਨਾਬ ਇੱਥੇ ਕੁਝ ਨਹੀਂ ਹੋਇਆ ਚਲੋ ਇੱਕ ਮਿੰਟ ਵਾਸਤੇ ਤੁਹਾਡੀ ਗੱਲ ਮੈਂ ਮੰਨ ਲੈਣਾ ਵਾ ਕਿ ਉਸ ਬੱਚੀ ਦੇ ਨਾਲ ਗਾਰਡ ਨੇ ਰੇਪ ਕੀਤਾ ਹੋਵੇਗਾ ਉਸ ਟੀਚਰ ਨੂੰ ਕਿਹੜੀ ਲੋਡ ਪਈ ਆ ਕਿ ਉਸ ਗਾਰਡ ਦੇ ਨਾਲ ਖਲੋਤਾ ਹੋਵੇ ਉਸ ਪ੍ਰਿੰਸੀਪਲ ਨੂੰ ਕਿਹੜੀ ਲੋਡ ਪਈ ਆ ਉਸ ਗਾਰਡ ਦੇ ਨਾਲ ਖਲੋਤਾ ਹੋਵੇ ਐਡੀ ਟੀਚਰ ਤੁਹਾਨੂੰ ਪੜਾ ਰਹੀ ਆ ਇਹ ਵੀ ਇੱਕ ਲੜਕੀ ਆ ਇਹ ਵੀ ਇੱਕ ਖਾਤੂਨ ਆ ਇਹ ਵੀ ਇੱਕ ਔਰਤ ਆ ਇਹਨੂੰ ਕਿਹੜੀ ਲੋਡ ਪਈ ਆ ਉਸ ਗਾਰਡ ਦੇ ਨਾਲ ਖਲੋਣ ਦੀ ਕਿਸੇ ਨੂੰ ਕੋਈ ਜ਼ਰੂਰਤ ਨਹੀਂ ਪਈ ਉਸ ਗਾਰਡ ਦੇ ਨਾਲ ਖਲੋਣ ਦੀ ਬੇਸਮੈਂਟ ਚ ਕੀ ਤੁਸੀਂ ਬੇਸਮੈਂਟ ਅਗਰ ਦੇਖੋ ਤੇ ਉਹਦੀ ਜਿਹੜੀਆਂ ਸਟੀੜੀਆਂ ਨਾ ਉਹ ਸਲੀਪਰੀ ਨੇ ਉਹ ਬੱਚੀ ਉਹ ਤੋਂ ਜਾ ਰਹੀ ਸੀਗੀ ਉਹਦਾ ਪੈਰ ਫਿਸਲਿਆ ਉਹ ਗਿਰੀ ਆ ਉਹਦੀ ਬੈਕਬੋਨ ਤੇ ਸੱਟ ਲੱਗ ਗਈ ਸੱਟ ਲੱਗਣ ਦੇ ਨਾਲ ਉਹਨੂੰ ਹਸਪੀਟਲ ਲੈ ਗਏ ਉਹ ਆਈਸੀਯੂ ਦੇ ਵਿੱਚ ਉੱਥੇ ਜ਼ੇਰੇ ਇਲਾਜ ਆ ਜਨਾਬ ਇੱਥੇ ਉਹ ਵੀ ਅੱਲਾਹ ਨੂੰ ਪਿਆਰੀ ਹੋ ਗਈ ਉਹ ਵੀ ਅੱਲਾਹ ਨੂੰ ਪਿਆਰਾ ਹੋ ਗਿਆ ਖੁਦਾ ਦਾ ਨਾਮ ਆ ਕਿ ਇਸ ਆਇਤal ਦੇਖੋ ਆਇਤ बार-बार ਸਾਨੂੰ ਕਹਿ ਰਹੀ ਆ ਕਿ ਜਦੋਂ ਵੀ ਤੁਹਾਡੇ ਕੋਲ ਕੋਈ ਬੰਦਾ ਖਬਰ ਲੈ ਕੇ ਆਵੇ ਖਬਰ ਦੀ ਤਹਿਕੀਕ ਕਰ ਲਿਆ ਕਰੋ ਹੁਣ ਜੋ ਸ਼ਰਮਿੰਦਾ ਹੋਗੇ ਦੁਬਾਰਾ ਬਣਾਓਗੇ ਜੀ ਹਮਸੇ ਇਹ ਹੋ ਗਿਆ ਹਮਰੇ ਤੋਂ ਦੇਖਾ ਨਹੀਂ ਥਾ ਹਮੇ ਪਤਾ ਨਹੀਂ ਚਲਾ ਹਮਸੇ ਤਹਿਕੀਕਾਤ ਨਹੀਂ ਹੋਈ ਹਮ ਇਤਜਾਜ ਪਰ ਚਲੇਗੇ ਇਤਜਾਜ ਹੋ ਰਿਹਾ ਸੀਗਾ ਜਨਤ ਇਤਜਾਜ ਕਰਨਾ ਹਰ ਬੰਦੇ ਦਾ ਹੱਕ ਹੈ ਸੀ ਇਹ ਨਹੀਂ ਗੱਲ ਕਰਦੇ ਲੇਕਿਨ ਇਤਜਾਜ ਕਰੋ ਕਿਸੇ ਗੱਲ ਨਾ ਕਰੋ ਨਾ ਜਦੋਂ ਵਕੂਆ ਨਹੀਂ ਹੋਇਆ ਹੁਣ ਉਹਦੇ ਵਾਰਦ ਨੇ ਆ ਕੇ ਬਿਆਨ ਦੇਤਾ ਉਹਦੇ ਚਾਚੇ ਨੇ ਆ ਕੇ ਬਿਆਨ ਦੇਤਾ ਮੈਂ ਅੱਜ ਯਕੀਨ ਕਰੋ ਅਫਸੋਸ ਦੇ ਨਾਲ ਮੈਂ ਉਹ ਬਿਆਨ ਸੁਣਦਾ ਪਿਆ ਸੀਗਾ ਕਿਹੜੇ ਹੌਸਲੇ ਦੇ ਨਾਲ ਉਹ ਵਾਲਦ ਬਿਆਨ ਦੇ ਰਿਹਾ ਹੋਏਗਾ ਕਿ ਮੇਰੀ ਬੇਟੀ ਦੇ ਨਾਲ ਕੁਛ ਨਹੀਂ ਹੋਇਆ ਉਹ ਸੀੜੀਆਂ ਤੋਂ ਡਿੱਗੀ ਆ ਜਿਹੜੇ ਆ ਬਾਹਰ ਲੋਕ ਰੌਲਾ ਪਾ ਰਹੇ ਨੇ ਇੱਕ ਪ੍ਰਪੋਗੈਂਡਾ ਕਰ ਰਹੇ ਨੇ ਮੇਰੀ ਬੱਚੀ ਦੇ ਨਾਲ ਜ਼ਿਆਤੀ ਨਹੀਂ ਹੋਈ ਕਿੱਡੀ ਸ਼ਰਮਿੰਦਗੀ ਵਾਲੀ ਗੱਲ ਮੈਂ ਉਹਨਾਂ ਬੱਚੀਆਂ ਨੂੰ ਕਹਾਂਗਾ ਜਿਹੜੀਆਂ ਇਤਜਾਜ ਕਰਦੀਆਂ ਪਈਆਂ ਸੀ ਤੁਸੀਂ ਵੀ ਕਿਸੇ ਦੀਆਂ ਬੱਚੀਆਂ ਉਹ ਜਿਹੜੇ ਮੁੰਡਿਆਂ ਉੱਤੇ ਇਤਜਾਜ ਕਰਦੇ ਪਏ ਸੀ ਤੁਹਾਡੇ ਘਰ ਵੀ ਪੈਣਾ ਹੋਣਗੀਆਂ ਜਿਹੜੇ YouTube ਪਰ ਉੱਤੇ ਵੀਡੀਓਜ਼ ਬਣਾ ਰਹੇ ਸੀ ਤੁਹਾਡੇ ਘਰ ਵੀ ਪੈਣਾ ਆਉਣਗੀਆਂ ਧੀਆਂ ਹੋਣਗੀਆਂ ਮਾਂ ਵੀ ਹੋਏਗੀ ਜਿਹੜੇ Facebook ਵਾਲੇ ਜਿਹੜੇ TikTok ਵਾਲੇ ਜਾਂ ਕਿਸੇ ਦੇ ਘਰ ਕੋਈ ਧੀ ਪੈਣ ਨਹੀਂ ਹੈਗੀ ਕੋਈ ਮਾਂ ਨਹੀਂ ਹੈਗੀ ਤੁਹਾਨੂੰ ਕਿਸੇ ਇੱਕ ਪਲ ਵਾਸਤੇ ਵੀ ਕੋਈ ਹਯਾ ਕੋਈ ਸ਼ਰਮ ਕੋਈ ਕਿਸੇ ਚੀਜ਼ ਦਾ ਮਾਦਾ ਆਇਆ ਕਿ ਜਿੱਥੇ ਤੁਸੀਂ ਇਹ ਗੱਲ ਸੋਚ ਲਵੋ ਕਿ ਇੱਕ ਬੱਚੀ ਦੇ ਨਾਲ ਕੀ ਵਾਕਿਆ ਹੋਇਆ ਵਾ ਉਸ ਬੱਚੀ ਦੀ ਜ਼ਿੰਦਗੀ ਕੀ ਆ ਉਸ ਬੱਚੀ ਦਾ ਮਸਤਕਬਲ ਕੀ ਆ ਉਸ ਵਾਲਦਾਂ ਦਾ ਮਸਤਕਬਲ ਕੀ ਆ ਉਹਨਾਂ ਭਰਾਵਾਂ ਦਾ ਕੀ ਮਸਤਕਬਲ ਹੋਏਗਾ ਜਾਂ ਇਹਨਾਂ ਬੱਚਿਆਂ ਦਾ ਕੀ ਮਸਤਕਬਲ ਹੋਏਗਾ ਕਿਸੇ ਨੇ ਨਹੀਂ ਸੋਚਿਆ ਸਾਰਿਆਂ ਨੇ ਝੂਠੀ ਚੌਧਰ ਵਾਸਤੇ ਝੂਠੇ ਫੇਮ ਵਾਸਤੇ ਔਰ ਝੂਠਾ ਸਾਰਾ ਡਰਾਮਾ ਰਚਣ ਵਾਸਤੇ ਆਪਣਾ ਆਪਣਾ ਕਰਕੇ ਆਪਣੇ ਆਪਣੇ ਵੀਜ਼ ਇਕੱਠੇ ਕਰ ਲਏ ਨੇ ਲੇਕਿਨ ਮੈਂ ਤੁਹਾਨੂੰ ਹਕੀਕਤ ਦੱਸਾਂਗਾ ਔਰ ਹਕੀਕਤ ਦੱਸਦਾ ਰਵਾਂਗਾ ਕਿ ਇਸ ਤਰ੍ਹਾਂ ਦਾ ਕੋਈ ਵਾਕਿਆ ਨਹੀਂ ਹੋਇਆ ਬਿਲਕੁਲ ਪ੍ਰੋਪਗੈਂਡਾ ਵਾ ਅਗਰ ਤੁਸੀਂ ਤਹਿਤੀਕਾਤ ਨਹੀਂ ਕਰ ਸਕਦੇ ਤੇ ਤੁਹਾਨੂੰ ਇਹ ਗੱਲਾਂ ਕਰਨ ਦਾ ਵੀ ਕੋਈ ਹੱਕ حاصل ਨਹੀਂ ਹੈਗਾ ਤੇ ਦੂਸਰਾ ਮੈਂ ਜਨਾਬ ਲਾਹੌਰ ਦੀ ਪੁਲਿਸ ਨੂੰ ਗੁਜ਼ਾਰਿਸ਼ ਕਰਾਂਗਾ ਕਿ ਸਾਰਾਗਰ ਬੱਚੇ ਇਤਜਾਜ ਕਰ ਰਹੇ ਆ ਸਾਰਾ ਕੁਝ ਕਰ ਰਹੇ ਆ ਸਾਨੂੰ ਵੀ ਬੱਚਿਆਂ ਦੇ ਨਾਲ ਖੁਸ ਨੇ ਸਲੂਕ ਕਰਨਾ ਚਾਹੀਦਾ ਵਾ ਬੱਚਿਆਂ ਦੇ ਨਾਲ ਸ਼ਾਸਤਰੀ ਦੇ ਨਾਲ ਪੇਸ਼ ਆਣਾ ਚਾਹੀਦਾ ਵਾ ਬਿਸ਼ੱਕ ਬੱਚੇ ਆ ਗਰਮ ਖੂਨ ਆ 20 20 ਸਾਲ 18 18 ਸਾਲ ਉਹਨਾਂ ਦੀ ਉਮਰਾਂ ਵਾ ਸਾਨੂੰ ਉਹਨਾਂ ਦੇ ਨਾਲ ਨਰਮ ਰਵਈਆ ਅਪਣਾਉਣਾ ਪਏਗਾ ਤਾਂ ਕਿ ਜਿਹੜੇ ਸਾਡੇ ਮੁਸਤਕਬਲ ਦੇ ਮਮਾਰ ਨੇ ਇਹਨਾਂ ਦੀ ਕਿਸੇ ਵੀ ਜਗ੍ਹਾ ਤੇ ਹੌਸਲਾ ਸ਼ਿਕਨੀ ਜੜੀ ਆ ਉਹ ਨਾ ਹੋਵੇ ਬਹੁਤ ਸ਼ੁਕਰੀਆ